ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਹਸਬੇ ਵਾਦਾ ਤੁਹਾਡੇ ਨਾਲ ਵਾਅਦਾ ਕੀਤਾ ਮੈਂ ਕਿ ਮੈਂ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਵਾਂਗਾ ਔਰ ਹਿਸਟਰੀ ਦਾ ਉਹ ਵਾਲਾ ਪੰਨਾ ਖੋਲਾਂਗਾ ਜਿਹੜਾ ਕਿ ਅੱਜ ਤੱਕ ਪਹਿਲੇ ਕਦੀ ਕਿਸੇ ਨੇ ਨਾ ਖੋਲਿਆ ਹੋਵੇ ਅਤੇ ਫਿਰ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ ਐਂਡ ਪਿਸ਼ਾਵਰੀ ਸਿੰਘ ਹਮਾਰੇ ਖਾਨੇ ਹਮਾਰੀ ਪਹਿਚਾਨ ਕੇ ਸਾਥ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਇਹ ਬਿਲਡਿੰਗ ਜਿਹੜੀ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ ਬਹੁਤ ਜ਼ਿਆਦਾ ਸਾਰੇ ਲੋਕ ਸ਼ੌਕ ਤੋਂ ਹੋਣਗੇ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦੇ ਮੁਤਲਕ ਨਹੀਂ ਪਤਾ ਕਿ ਵੀ ਇਹ ਬਿਲਡਿੰਗ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ ਇਹ ਸਿੱਖ ਨੈਸ਼ਨਲ ਕਾਲਜ ਸੀ ਜੀ ਹਾਂ ਸਿੱਖ ਨੈਸ਼ਨਲ ਕਾਲਜ ਸੀ ਔਰ ਸਿੱਖ ਨੈਸ਼ਨਲ ਕਾਲਜ ਜਿਹੜਾ ਹੈ ਇਹ 1932 ਦੇ ਵਿੱਚ ਡਿਕਲੇਅਰ ਹੁੰਦਾ 1910 ਦੇ ਵਿੱਚ ਇਹਦਾ ਸਟੋਨ ਲੇਟ ਬਾਏ ਰੱਖਿਆ ਜਾਂਦਾ ਹਰਕਿਸ਼ਨ ਲਾਲ ਜੀ ਦੇ ਹੱਥ 'ਤੇ ਜਿਹੜੇ ਕਿ ਕੋਆਰਡੀਨੇਟਰ ਸਨ ਡਾਇਰੈਕਟਰੇਟ ਦੇ ਉਸ ਵੇਲੇ ਜਿਹੜਾ ਬ੍ਰਿਟਿਸ਼ ਰਾਜ ਦੇ ਵਿੱਚ ਸੀ ਇਹ ਉਹ ਪਲੇਸ ਹੈ ਜਿੱਥੇ ਬਾਕਾਇਦਾ ਤੌਰ ਦੇ ਉੱਤੇ ਫਲੈਗ ਵੀ ਹੈ ਔਰ ਉਹਦੇ ਉੱਤੇ ਉਹ ਵਾਈਟ ਜਿਹੜਾ ਪੈਨਲ ਜਿਹੜਾ ਨਜ਼ਰ ਆ ਰਿਹਾ ਉੱਤੇ ਇਸ ਪੈਨਲ ਦੇ ਉੱਤੇ ਲਿਖਿਆ ਹੋਇਆ ਸੀ 1932 to 1947 ਸਿੱਖ ਪੀਰੀਅਡ ਦੇ ਵਿੱਚ ਜਿਹੜਾ ਯਾਨੀ ਕਿ ਇਹਨੂੰ ਡਿਕਲੇਅਰ ਕੀਤਾ ਗਿਆ ਸੀ ਸਿੱਖ ਨੈਸ਼ਨਲ ਕਾਲਜ ਉਸ ਤੋਂ ਬਾਅਦ ਹੈ ਇੰਜੀਨੀਅਰਿੰਗ ਕਾਲਜ ਬਣਿਆ ਇੰਜੀਨੀਅਰਿੰਗ ਕਾਲਜ ਤੋਂ ਬਾਅਦ ਫਿਰ ਇਹਨੂੰ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਟੈਕਨੋਲੋਜੀ ਲਾਹੌਰ ਜਿਹੜਾ ਇਹਨੂੰ ਇਹ ਡਿਕਲੇਅਰ ਕੀਤਾ ਗਿਆ ਇਹ ਤੁਸੀਂ ਅਗਰ ਲਾਹੌਰ ਤੋਂ ਨਿਕਲੋ ਤੁਸੀਂ ਤਾਂ ਦਿੱਲੀ ਗੇਟ ਤੋਂ ਜਦੋਂ ਨਿਕਲਿਆ ਜਾਂਦਾ ਸੀ ਜਾਂ ਲਾਹੌਰ ਤੋਂ ਦਿੱਲੀ ਜਾਣ ਵਾਸਤੇ ਜਾਂ ਅੰਮ੍ਰਿਤਸਰ ਵਾਲੇ ਰੂਟ ਦੇ ਉੱਤੇ ਤੁਸੀਂ ਦੇਖੋ ਤਾਂ ਸ਼ਾਲੀਮਾਰ ਗਾਰਡਨ ਔਰ ਗੁਲਾਬੀ ਬਾਗ ਤੋਂ ਬਿਫੋਰ ਜਿਹੜਾ ਬਾਈ ਬੁੱਧੂ ਦਾ ਆਵਾ ਜਿਹੜਾ ਮੈਂ ਕੁਝ ਦਿਨ ਪਹਿਲੇ ਬਾਈ ਦਾ ਬੁੱਧੂ ਦਾ ਆਵਾ ਵੀ ਦਿਖਾਇਆ ਸੀ ਔਰ ਬੁੱਧੂ ਦੇ ਆਵੇ ਦੇ ਬਿਲਕੁਲ ਫਰੰਟਲ ਗੇਟ ਦੇ ਉੱਤੇ ਇਹ ਜਿਹੜੀ ਲੈਂਡ ਸੀ ਬਾਈ ਬੁੱਧੂ ਦੇ ਨਾਮ 'ਤੇ ਸੀ ਇਹ UET ਵਾਲੀ ਜਿਹੜੀ ਲੈਂਡ ਹੈ ਸਿੱਖ ਨੈਸ਼ਨਲ ਕਾਲਜ ਵਾਲੀ ਜਿਹੜੀ ਲੈਂਡ ਹੈ ਇਹ ਜਿਹੜਾ ਅਗਰ ਉਹਦੇ ਖਤਵਾਣੀ ਖਾਤੇ ਖੋਲ੍ਹੇ ਜਾਣ ਮੁਗਲੀਆ ਦੌਰ ਦੇ ਅਤੇ ਇਹ ਜਿਹੜੀ ਤਮਾਮ ਦੀ ਤਮਾਮ ਲੈਂਡ ਹੈ ਉਹ ਬਾਈ ਬੁੱਧੂ ਦੇ ਨਾਮ 'ਤੇ ਸੀ ਔਰ ਬਾਈ ਬੁੱਧੂ ਮਰਨ ਤੋਂ ਬਾਅਦ ਜਿਹੜੀ ਸੀ ਉਹ ਗ੍ਰੇਵਯਾਰਡਸ ਦੇ ਨਾਮ ਕਰ ਗਿਆ ਔਰ ਇੱਕ ਬਹੁਤ ਵੱਡਾ ਗੁਰਦੁਆਰਾ ਸੀ ਇੱਥੇ ਗੁਰਦੁਆਰੇ ਦੇ ਨਾਮ 'ਤੇ ਸੰਪਤ ਕਰਕੇ ਗਿਆ ਸੀ 1932 ਦੇ ਵਿੱਚ ਮੈਂ ਕੁਛ ਤਕਰੀਬਨ ਮੇਰਾ ਖਿਆਲ ਲਾਸਟ ਈਅਰ ਮੈਂ ਇੱਕ ਪੋਸਟ ਲਾਈ ਸੀ ਸਿੱਖ ਨੈਸ਼ਨਲ ਕਾਲਜ ਇਨ ਲਾਹੌਰ ਅਤੇ ਕਾਫੀ ਲੋਕਾਂ ਨੇ ਉਹਦੇ 'ਤੇ ਇਤਰਾਜ਼ ਵੀ ਕੀਤਾ ਸੀ ਕਿ ਵੀ ਇਹ UET ਹੈ ਔਰ ਲਾਹੌਰ ਦੇ ਅੰਦਰ ਸਿੱਖ ਨੈਸ਼ਨਲ ਕਾਲਜ ਇਹ ਉਹ ਸਾਰਾ ਕੁਝ ਜਿਹੜਾ ਕਾਫੀ ਇਹਦੇ 'ਤੇ ਬਹਿਸੋ ਮੁਬਾਹਿਸਾ ਚੱਲਦਾ ਰਿਹਾ ਔਰ ਕਾਫੀ ਲੋਕਾਂ ਦੇ ਮੈਨੂੰ ਮੇਲਸ ਵੀ ਆਈਆਂ ਔਰ ਮੈਸੇਜ ਵੀ ਆਏ ਉਹਨਾਂ ਦੇ ਲੇਕਿਨ ਮੈਂ ਪੂਰੇ ਵਸੋਕ ਦੇ ਨਾਲ ਮੈਂ ਪੂਰੀ ਹਿਸਟਰੀ ਦੇ ਨਾਲ ਮੁਕੰਮਲ ਮੈਂ ਤਕਰੀਬਨ ਇਹਦੀਆਂ 4 ਪਿਕਚਰਸ ਜਿਹੜੀਆਂ ਨੇ ਉਹ ਦਿਖਾਈਆਂ ਨੇ ਔਰ ਇਹ ਵਾਲੀ ਉਹ ਜਗ੍ਹਾ ਸੀ ਉਹ ਇਹ ਵਾਲਾ ਸਥਾਨ ਸੀ ਜਿੱਥੇ ਜਿਹੜਾ ਸੀ ਉਹਦੇ ਉੱਤੇ ਸਿੱਖ ਨੈਸ਼ਨਲ ਕਾਲਜ ਲਿਖਿਆ ਹੋਇਆ ਸੀ 1932 ਤੋਂ ਲੈ ਕੇ 1947 ਤੱਕ ਦੀ ਡਾਇਮੈਂਸ਼ਨ ਜਿਹੜੀ ਉਹਦੇ ਵਿੱਚ ਇਹਦੇ 'ਚ ਮੈਂਸ਼ਨ ਕੀਤਾ ਗਿਆ ਹੈ ਕਿ ਇਹ ਡਿਕਲੇਅਰ ਕੀਤਾ ਗਿਆ ਕਿ ਵੀ ਇਹ ਸਿੱਖ ਨੈਸ਼ਨਲ ਕਾਲਜ ਹੈ ਸ਼ੇਖ ਸਾਹਿਬ ਆਈਏ ਇਹ ਉਹ ਮਹਾਨ ਇਹ ਜਗ੍ਹਾ ਜਿੱਥੇ ਕੁਝ ਦੋਸਤ ਐਸੇ ਨੇ ਜਿਨ੍ਹਾਂ ਦੇ ਪੇਰੈਂਟਸ ਇੱਥੇ ਪੜ੍ਹ ਕੇ ਗਏ ਨੇ ਇੱਕ ਦੋਸਤ ਮੈਨੂੰ ਐਸੇ ਮਿਲੇ ਸਨ ਜਿਨ੍ਹਾਂ ਦੇ ਚਾਚਾ ਜੀ ਨੇ ਇੱਥੇ ਤਾਲੀਮ ਹਾਸਿਲ ਕੀਤੀ ਸਿੱਖ ਨੈਸ਼ਨਲ ਕਾਲਜ ਦੇ ਅੰਦਰ ਔਰ ਉਸ ਵੇਲੇ ਇਹ ਸਿਰਫ ਸਿੱਖ ਨੈਸ਼ਨਲ ਕਾਲਜ ਸੀ ਉਦੋਂ ਵੀ ਇੰਜੀਨੀਅਰਿੰਗ ਕਾਲਜ ਸੀ ਲੇਕਿਨ ਫਿਰ ਉਸ ਤੋਂ ਬਾਅਦ ਖਾਲੀ ਇਹਨੂੰ ਨੈਸ਼ਨਲ ਇੰਜੀਨੀਅਰਿੰਗ ਕਾਲਜ ਦਾ ਨਾਮ ਦਿੱਤਾ ਗਿਆ ਨੈਸ਼ਨਲ ਇੰਜੀਨੀਅਰਿੰਗ ਕਾਲਜ ਤੋਂ ਬਾਅਦ ਫਿਰ ਇਹਨੂੰ UET ਡਿਕਲੇਅਰ ਕਰ ਦਿੱਤਾ ਗਿਆ ਅਤੇ ਅੱਜ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਇੰਜੀਨੀਅਰਿੰਗ ਯੂਨੀਵਰਸਿਟੀ ਜਿਹੜੀ ਹੈ ਉਹ UET ਹੈ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਆਫ ਲਾਹੌਰ ਜਿਹੜੀ ਹੈ ਉਹ ਇਸ ਵੇਲੇ ਜਿਹੜੀ ਹੈ ਸਭ ਤੋਂ ਵੱਡੀ ਔਰ ਇਹਦੀ ਜਿਹੜੀ ਰੈਂਕਿੰਗ ਹੈ ਉਹ ਬਹੁਤ ਅੱਛੀ ਹੈ ਔਰ ਇਹ ਨਹੀਂ ਹੈ ਕਿ ਉਸ ਪੀਰੀਅਡ ਦੇ ਵਿੱਚ ਹੀ ਸਿਰਫ ਇਹਦਾ ਨਾਮ ਸੀ ਅੱਜ ਦੇ ਅਗਰ ਪੀਰੀਅਡ ਤੁਸੀਂ ਦੇਖੋ ਹੁਣ ਦੇਖੋ ਪਾਕਿਸਤਾਨ ਦਾ ਤਾਂ ਪਾਕਿਸਤਾਨ ਵਿੱਚ ਅੱਜ ਵੀ ਇਹਦਾ ਨਾਮ ਹੈ ਸ਼ੁਕਰੀਆ